ਔਰ ਸੰਵਿਧਾਨ ਜੋ ਇਸ ਵੇਲੇ ਛੇੜਛਾੜੀ ਹੋ ਰਹੀ ਹੈ ਸੰਵਿਧਾਨ ਨਾਲ ਸਾਡੇ, ਜੇ ਸੰਵਿਧਾਨ ਨਹੀਂ ਰਹੇਗਾ ਤਾਂ ਫਿਰ ਕਾਹਦਾ ਭਾਰਤ ਰਿਹਾ, ਕਾਹਦਾ ਕਾਨੂੰਨ ਰਿਹਾ। ਔਰ ਇਹ ਰੈਲੀ ਖਾਸ ਕਰਕੇ ਨਸ਼ੇ ਦੇ ਪ੍ਰਤੀ ਵੀ ਇਹ ਕਰ ਰਹੇ ਕਿ ਜਿਹੜਾ ਨਸ਼ਾਖੋਰੀ ਪੰਜਾਬ ਜਾਂ ਹਿੰਦੁਸਤਾਨ 'ਚ ਫੈਲ ਰਿਹਾ ਉਸ ਦੇ ਸੰਬੰਧ ਵਿੱਚ ਵੀ ਅਸੀਂ ਨੌਜਵਾਨ ਨੂੰ ਜਾਗਰਿਤ ਕਰ ਰਹੇ ਹਾਂ। ਅੱਜ ਦੀ ਜਿਹੜੀ ਆ ਰੈਲੀ ਹੈ ਜੀ ਸੰਵਿਧਾਨ ਬਚਾਓ ਯਾਤਰਾ ਆ ਆਪਣੀ, ਔਰ ਪਠਾਨਕੋਟ ਪੂਰੇ ਵਿੱਚ ਇਹ ਯਾਤਰਾ ਕੱਢੀ ਜਾਏਗੀ। ਔਰ ਮੇਰਾ ਭਰਾਵਾਂ ਨੂੰ ਮੈਸੇਜ ਹੈ ਜਿਹੜੇ ਵੀ ਯੂਥ ਆ ਅੱਜ ਦਾ ਕਿ ਆਪਣਾ ਨਸ਼ੇ ਦੇ ਖਿਲਾਫ ਆਪਾਂ ਆਵਾਜ਼ ਚੁੱਕ ਰਹੇ ਹਾਂ, ਨਾਲ ਜੁੜੋ ਸਾਰੇ ਜਾਣੇ। ਔਰ ਸੰਵਿਧਾਨ ਜੋ ਇਸ ਵੇਲੇ ਛੇੜਛਾੜੀ ਹੋ ਰਹੀ ਹੈ ਸੰਵਿਧਾਨ ਨਾਲ ਸਾਡੇ, ਜੇ ਸੰਵਿਧਾਨ ਨਹੀਂ ਰਹੇਗਾ ਤਾਂ ਫਿਰ ਕਾਹਦਾ ਭਾਰਤ ਰਿਹਾ, ਕਾਹਦਾ ਕਾਨੂੰਨ ਰਿਹਾ। ਅਤੇ ਮੈਂ ਇਹੋ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਸਾਰੇ ਵੱਧ ਤੋਂ ਵੱਧ ਜੁੜੋ, ਜਿੰਨੇ ਵੀ ਨੌਜਵਾਨ ਸਾਥੀ ਆ ਭਟਕੇ ਹੋਏ ਨੇ ਰਸਤਿਆਂ ਤੋਂ, ਅਤੇ ਸਾਰੇ ਆਪਣੇ ਬਾਬਾ ਸਾਹਿਬ ਦੇ ਜਿਹੜਾ ਆਪਣਾ ਸੰਵਿਧਾਨ ਆ ਉਹ ਨਾਲ ਜੁੜੋ, ਅਤੇ ਨਸ਼ੇ ਦੇ ਖਿਲਾਫ ਆਪਾਂ ਜੋ ਹੈ ਲੜਾਈ ਲੜ ਰਹੇ ਹਾਂ ਸਾਰੇ ਜਾਣੇ ਇਕੱਠੇ ਹੋ ਕੇ ਲੜਾਈ ਲੜੀਏ। ਬਸ ਇਹੋ ਮੇਰਾ ਮੈਸੇਜ ਸਾਰੇ ਭਰਾਵਾਂ ਨੂੰ। ਜੈ ਭੀਮ, ਜੈ ਭਾਰਤ। ਸੰਵਿਧਾਨ ਬਚਾਓ ਅੱਜ ਯਾਤਰਾ ਕੱਢੀ ਜਾਂਦੀ ਬਾਈਕ ਰੈਲੀ, ਕਿੱਥੋਂ ਸ਼ੁਰੂ ਹੋਈ ਅਤੇ ਕਿੱਥੇ ਜਾ ਕੇ ਸਮਾਪਤ ਕੀਤੀ ਜਾਏਗੀ? ਹਾਂਜੀ, ਸਭ ਤੋਂ ਪਹਿਲਾਂ ਜੈ ਭੀਮ, ਜੈ ਭਾਰਤ, ਜੈ ਸੰਵਿਧਾਨ, ਜੈ ਵਿਗਿਆਨ, ਜੈ ਬਹੁਜਨ ਸਮਾਜ ਜੀ। ਮੈਂ ਤੁਹਾਡਾ ਛੋਟਾ ਭਰਾ, ਤੁਹਾਡਾ ਵੀਰ ਪਵਨ ਕੁਮਾਰ ਲੋਹਣੀ, ਪ੍ਰਦੇਸ਼ ਅਧਿਕਸ਼ ਭੀਮ ਆਰਮੀ ਵਾਰਤਕ ਕਮਿਸ਼ਨ ਜੰਮੂ ਐਂਡ ਕਸ਼ਮੀਰ। ਆਜ ਹਮਾਰੀ ਯਹਾਂ ਕੀ ਟੀਮ ਜੋ ਪਠਾਨਕੋਟ ਕੀ ਹੈ, ਪ੍ਰੀਤ ਜੀ ਹੈ ਔਰ ਉਨਕੀ ਸਾਰੀ ਟੀਮ ਜ਼ਿਲ੍ਹਾ ਪਠਾਨਕੋਟ ਕੇ ਅੰਦਰ ਇੱਕ ਭਵਯ ਭਾਰਤੀਯ ਸੰਵਿਧਾਨ ਬਚਾਓ ਯਾਤਰਾ ਨਿਕਾਲਨੇ ਜਾ ਰਹੇ ਹੈ। ਤੋ ਸਭਸੇ ਪਹਿਲੇ ਪਠਾਨਕੋਟ ਕੇ ਜਿਤਨੇ ਵੀ ਸਾਥੀ ਹੈ ਇਹ ਸਭ ਵਧਾਈ ਕੇ ਪਾਤਰ ਹੈ ਔਰ ਇਹ ਬਾਠ ਸਾਹਿਬ ਸੇ ਸ਼ੁਰੂ ਹੋਕਰ ਪਠਾਨਕੋਟ ਸਿਟੀ ਪੂਰਾ ਕਵਰ ਕਰੇਂਗੇ ਔਰ ਵਹਾਂ ਉਸਕੇ ਬਾਅਦ ਕੰਕਲੂਡ ਕਰੇਂਗੇ ਜੇ ਯਾਤਰਾ। ਔਰ ਇਸ ਯਾਤਰਾ ਕਾ ਸੰਦੇਸ਼ ਸਿਰਫ ਇਤਨਾ ਹੀ ਹੋਗਾ ਕਿ ਭਾਰਤੀ ਸੰਵਿਧਾਨ ਮੈਂ ਆਪਸੀ ਭਾਈਚਾਰਾ ਪ੍ਰੇਮ ਜੋ ਕਾਇਮ ਹੈ, ਜੋ ਬਾਬਾ ਸਾਹਿਬ ਨੇ ਹਮੇ ਦੇ ਕੇ ਗਏ ਹੈ ਉਹ ਕਾਇਮ ਰਹੇ ਔਰ ਇਕੁਅਲਿਟੀ, ਸਵਤੰਤਰਤਾ, ਸਮਾਨਤਾ, ਬੰਧੁਤਵ, ਭਾਈਚਾਰੇ ਕੀ ਜੋ ਇਹ ਦੇਸ਼ ਮੇ ਦੇਸ਼ ਕੇ ਅੰਦਰ ਇਹ ਭਾਈਚਾਰਾ ਕਾਇਮ ਕਰਨੇ ਕੀ ਇੱਕ ਮੁਹਿੰਮ ਹੈ ਔਰ ਇਹ ਪੂਰੇ ਹੀ ਦੇਸ਼ ਮੈਂ ਬਹੁਤ ਜ਼ਰੂਰੀ ਹੈ। ਔਰ ਭਾਈ ਚੰਦਰ ਸ਼ੇਖਰ ਆਜ਼ਾਦ ਜੀ ਨੇ ਮੱਧ ਪ੍ਰਦੇਸ਼ ਕੀ ਧਰਤੀ ਸੇ ਆਗਾਜ਼ ਕੀਆ ਥਾ ਕਿ ਪੂਰੇ ਹੀ ਦੇਸ਼ ਮੈਂ ਭਾਰਤੀ ਸੰਵਿਧਾਨ ਬਚਾਓ ਯਾਤਰਾ ਨਿਕਾਲੀ ਜਾਏਗੀ। ਤੋ ਉਨ੍ਹੀਂ ਕੇ ਦੇਸ਼ ਉਨ੍ਹੀਂ ਕਾ ਜੋ ਆਦੇਸ਼ ਥਾ ਉਸੀ ਕੀ ਪਾਲਣਾ ਕਰਤੇ ਹੋ ਆਜ ਪਠਾਨਕੋਟ ਕੇ ਅੰਦਰ ਵੀ। ਪਿਛਲੇ ਦਿਨੋਂ ਹਮਨੇ ਆਪਣੇ ਸਾਥੀਓ ਕੇ ਸਾਥ, ਹਮਾਰੇ ਸਾਥ ਰਿਸਪੈਕਟਡ ਸਰ ਤਰਸੇਮ ਕੁੱਲਰ ਜੀ ਹੈਂ ਔਰ ਇਨਕੇ ਸਾਥ ਮਿਲ ਕੇ ਹਮਨੇ ਜੰਮੂ ਕੇ 10 ਡਿਸਟ੍ਰਿਕਟੋ ਮੈਂ 9 ਦਿਨ ਕੀ ਯਾਤਰਾ ਔਰ ਭਾਰਤੀ ਸੰਵਿਧਾਨ ਬਚਾਓ ਯਾਤਰਾ ਨਿਕਾਲੀ ਥੀ। ਤੋ ਆਜ ਯਹਾਂ ਕੀ ਟੀਮ ਨੇ ਹਮੇ ਇਨਵਾਈਟ ਕੀਆ ਹੈ, ਹਮ ਤਹਿ ਦਿਲ ਸੇ ਇਨਕਾ ਧੰਨਵਾਦ ਕਰਤੇ ਹੈਂ ਔਰ ਪਠਾਨਕੋਟ ਕੇ ਸਭੀ ਨਗਰ ਵਾਸੀਓ ਸੇ ਔਰ ਸਿਟੀ ਵਾਸੀਓ, ਜ਼ਿਲ੍ਹਾ ਕੇ ਜੋ ਜਿਤਨੇ ਵੀ ਲੋਕ ਹੈ ਉਨਕੋ ਕਹਿਣਾ ਚਾਹਤੇ ਹੈ ਕਿ ਇਨ ਛੋਟੇ ਛੋਟੇ ਬੱਚੋਂ ਕਾ ਸਾਥ ਦੋ ਔਰ ਇਸ ਭਾਰਤੀ ਸੰਵਿਧਾਨ ਬਚਾਓ ਯਾਤਰਾ ਕੋ ਸਫਲ ਬਣਾਓ। ਭੀਮ ਇੱਕ ਪਿਆਰ ਦਾ ਸੰਗਠਨ ਹੈ, ਇਹਦੇ ਨਾਲ ਸੰਗਠਨ ਦੇ ਨਾਲ ਸਹਿਯੋਗ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ SC ਔਰ BC ਨੂੰ ਇਕੱਠਾ ਕੀਤਾ ਗਿਆ। ਇਹਦੇ ਲਈ ਸੰਵਿਧਾਨ ਬਚਾਓ, ਜੋ ਛੇੜਖਾਨੀ ਸੰਵਿਧਾਨ ਨਾਲ ਕੀਤੀ ਜਾ ਰਹੀ ਹੈ ਉਹਨੂੰ ਸਾਵਧਾਨ ਕਰਦੇ ਹੋਏ ਅਸੀਂ ਇਹ ਸ਼ੁਭ ਯਾਤਰਾ ਜਿਹੜੀ ਕੱਢ ਰਹੇ ਹਾਂ ਔਰ ਆਪਣੇ ਗਰੀਬ ਪਰਿਵਾਰਾਂ ਨੂੰ ਜਿਹੜੇ ਸੰਵਿਧਾਨ ਨਾਲ ਸੰਵਿਧਾਨ ਦੇ ਜ਼ਰੀਏ ਨਹੀਂ ਜਾਗਰੂਕ, ਉਹਨਾਂ ਨੂੰ ਜਾਗਰਿਤ ਕੀਤਾ ਜਾਏ। ਇਸ ਲਈ ਮੇਰਾ ਸਾਰੇ ਹੀ ਆਪਣੇ ਸਮਾਜ ਨੂੰ ਪਿਆਰ ਭਰਿਆ ਇਹ ਜਿਹੜਾ ਸੰਗਠਨ ਦੀ ਰੈਲੀ ਸ਼ੁਭ ਯਾਤਰਾ ਕੱਢ ਰਿਹਾ, ਇਹਦੇ ਨਾਲ ਇੱਕ ਜਾਗਰਿਤ ਤੌਰ 'ਤੇ ਵੀ ਸੰਵਿਧਾਨ ਨੂੰ ਬਚਾਇਆ ਜਾਏ। ਜੋ ਸਰਕਾਰਾਂ ਸੰਵਿਧਾਨ ਨਾਲ ਛੇੜਖਾਨੀ ਕਰ ਰਹੀ ਹੈ ਇਹ ਸੰਵਿਧਾਨ ਨਾਲ ਛੇੜਖਾਨੀ ਨਹੀਂ ਕੀਤੀ ਰਹੀ, ਕਿਉਂਕਿ ਦੇਸ਼ ਜਿਹੜਾ ਸੰਵਿਧਾਨ ਦੇ ਅਨੁਸਾਰ ਹੀ ਚੱਲਦਾ ਹੈ ਅਤੇ ਜੇ ਸੰਵਿਧਾਨ ਨਾਲ ਛੇੜਖਾਨੀ ਕੀਤੀ ਗਈ ਜੋ ਹਮਸੇ ਟਕਰਾਏਗਾ ਉਹ ਚੂਰੋ ਚੂਰ ਹੋ ਜਾਏਗਾ। ਇਸ ਕਾ ਜਿਹੀ ਪ੍ਰਭਾਵ ਹੈ ਸਾਡੇ
ਦੇਸ਼ ਦੇ ਲੋਕਾਂ ਨੂੰ, ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਇੱਕ ਸੂਚਿਤ ਕੀਤਾ ਜਾਂਦਾ ਹੈ ਇਹਨਾਂ ਨੂੰ ਕਿ ਸੰਵਿਧਾਨ ਨਾਲ ਛੇੜਖਾਨੀ ਨਾ ਕੀਤੀ ਜਾਵੇ। ਜੈ ਭੀਮ, ਜੈ ਭਾਰਤ। ਅੱਜ ਦੀ ਇਹ ਰੈਲੀ ਜੋ ਕਿ ਸਾਡੇ ਸਾਥੀ ਵਿੱਕੀ ਜੀ ਨੇ ਭੀਮ ਆਰਮੀ ਵੱਲੋਂ ਬੁਲਾਈ ਹੈ, ਅਸੀਂ ਬਹੁਤ ਚਿਰ ਦੇ ਇਸ ਸੰਗਠਨ 'ਚ ਕੰਮ ਕਰ ਰਹੇ ਹਾਂ ਔਰ ਅੱਜ ਬੜਾ ਹੀ ਭਾਗਾਂ ਭਰਾ ਦਿਨ ਹੈ। ਮੈਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਅੱਜ ਸਾਰੇ ਸਾਥੀਆਂ ਨੇ ਰਲ ਮਿਲ ਕੇ ਵੱਧ ਚੜ੍ਹ ਕੇ ਭਾਗ ਲਿਆ ਸਾਡੀ ਰੈਲੀ 'ਚ। ਜ਼ਿਆਦਾ ਨਹੀਂ ਮੈਂ ਕਹਿੰਦਾ ਕੋਈ 500 ਮੋਟਰਸਾਈਕਲ 'ਤੇ ਸਾਡੀ ਰੈਲੀ ਅੱਜ ਪੂਰੇ ਪਠਾਨਕੋਟ, ਪੂਰੇ ਬਲਸੂਆ, ਪੂਰੇ ਬਾਠ ਸਾਹਿਬ ਤੋਂ ਹੋ ਕੇ ਪੂਰੇ ਸ਼ਹਿਰ 'ਚ ਅਸੀਂ ਇੱਕ ਸੰਵਿਧਾਨ ਬਚਾਓ ਦਾ ਸੰਦੇਸ਼ ਦੇਣਾ ਜਾ ਰਹੇ ਹਾਂ ਔਰ ਇਹ ਰੈਲੀ ਖਾਸ ਕਰਕੇ ਨਸ਼ੇ ਦੇ ਪ੍ਰਤੀ ਵੀ ਅਸੀਂ ਕਰ ਰਹੇ ਹਾਂ ਕਿ ਜਿਹੜਾ ਨਸ਼ਾਖੋਰੀ ਪੰਜਾਬ ਜਾਂ ਹਿੰਦੁਸਤਾਨ 'ਚ ਫੈਲ ਰਿਹਾ ਉਸ ਦੇ ਸੰਬੰਧ ਵਿੱਚ ਵੀ ਅਸੀਂ ਨੌਜਵਾਨ ਨੂੰ ਜਾਗਰਿਤ ਕਰ ਰਹੇ ਹਾਂ। ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਓ ਸਾਰੇ ਰਲ ਕੇ ਹਰ ਜਾਤੀ ਵਰਗ ਦੇ ਬੰਦਿਆਂ ਨੂੰ ਕਿ ਸੰਵਿਧਾਨ ਬਚਾਈਏ ਅਤੇ ਨਸ਼ੇ ਤੋਂ ਅਸੀਂ ਦੂਰ ਰਹੀਏ। ਜੈ ਭੀਮ, ਜੈ ਭਾਰਤ। ਸਰ, ਇਹ ਦੇਸ਼ ਵਿਆਪੀ ਮੂਵਮੈਂਟ ਹੈਗੀ, ਇਹਦਾ ਆਗਾਜ਼ ਚੰਦਰ ਸ਼ੇਖਰ ਜੀ ਨੇ ਕੀਤਾ ਸੀ, ਇਹ ਪੂਰੇ ਮੁਲਕ 'ਚ ਹੋ ਰਹੀ ਹੈ, ਉਸੇ ਜੁੜੀ ਦੀ ਕੜੀ ਦੇ ਵਿੱਚ ਅਸ ਇੱਥੇ ਹੈਗੀ ਆ। ਮੈਂ ਪੰਜਾਬ ਦੀ ਸਾਰੀ ਜਨਤਾ ਨੂੰ ਇਹ ਕਹਿਣਾ ਚਾਹੁੰਦਾ ਕਿ ਅਗਰ ਸੰਵਿਧਾਨ ਨਾ ਬਚਿਆ ਤਾਂ ਨਾ ਭਾਰਤ ਬਚੇਗਾ ਨਾ ਪੰਜਾਬ ਬਚੇਗਾ। ਨਸ਼ਾਖੋਰੀ ਨੂੰ ਵੀ ਅਗਰ ਰੋਕਿਆ ਜਾ ਸਕਦਾ ਤਾਂ ਭਾਰਤ ਦੇ ਸੰਵਿਧਾਨ ਦੇ ਮਾਧਿਅਮ ਨਾਲ ਹੀ ਰੋਕਿਆ ਜਾ ਸਕਦਾ ਹੈ। ਮੈਂ ਅੱਜ ਪੂਰੇ ਹੀ ਸ਼ਹਿਰ ਵਾਸੀਆਂ ਨੂੰ, ਹਰ ਜਾਤ ਵਰਗ ਦੇ ਲੋਕਾਂ ਨੂੰ ਇਹ ਸੁਨੇਹਾ ਦੇਵਾਂਗਾ ਕਿ ਇੱਕ ਭਾਰਤ ਦਾ ਸੰਵਿਧਾਨ ਹੀ ਐਸੀ ਪੁਸਤਕ ਹੈਗਾ ਭਾਰਤ ਦੇ ਵਿੱਚ ਜਿਹਦੇ ਨਾਲ ਇਹ ਪੂਰਾ ਦੇਸ਼ ਅੱਜ ਤਾਈਂ ਚੱਲ ਰਿਹਾ ਔਰ ਅੱਗੇ ਵੀ ਚੱਲੇਗਾ। ਆਓ ਮਿਲ ਕੇ ਅੱਜ ਇਸ ਯਾਤਰਾ ਦੇ ਨਾਲ ਅਸੀਂ ਸ਼ਾਮਲ ਹੋਈਏ, ਸ਼ਾਮਲ ਹੋ ਕੇ ਔਰ ਇਹ ਸੁਨੇਹਾ ਜਿਹਾ ਪੂਰੇ ਭਾਰਤ ਦੇ ਵਿੱਚ ਪਹੁੰਚਾਈਏ। ਜੈ ਭੀਮ, ਜੈ ਭਾਰਤ।